ਦੇਸ਼ ਵਿਦੇਸ਼ ਵਿੱਚ ਵਸੇ ਸੀ ਪੰਜਾਬੀ ਦਰਸ਼ਕਾਂ ਦਾ ਸਵਾਗਤ ਹੈ ਸਾਡੀ ਖਾਸ ਪੇਸ਼ਕਸ਼ ਵਿੱਚ, ਜਿਸ ਦਾ ਸਿਰਲੇਖ ਹੈ ਸਤਿ ਸ੍ਰੀ ਅਕਾਲ ਪ੍ਰਧਾਨ ਜੀ। ਇਸ ਵੇਲੇ ਅਸੀਂ ਮੌਜੂਦ ਹਾਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ। ਫਿਰੋਜ਼ਪੁਰ ਸ਼ਹਿਰ ਵਿੱਚ ਅੱਜ ਜਿਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ, ਉਹ ਸ਼ਖਸੀਅਤ ਗੁਰੂ ਹਰ ਸਾਹਿਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ ਪੰਜਾਬ ਦੇ ਵਿਧਾਨ ਸਭਾ ਵਿੱਚ। ਮੇਰੇ ਮੁਰਾਦ ਹੈ ਰਾਣਾ ਗੁਰਮੀਤ ਸਿੰਘ ਸੋਢੀ ਨਾਲ, ਆਓ ਗੱਲ ਕਰਦੇ ਉਹਨਾਂ ਦੇ ਨਾਲ। ਦਰਸ਼ਕ ਸਾਡੇ ਨਾਲ ਮੌਜੂਦ ਨੇ ਰਾਣਾ ਗੁਰਮੀਤ ਸਿੰਘ ਸੋਢੀ, ਸਭ ਤੋਂ ਪਹਿਲਾਂ ਇਸਤਕਬਾਲ ਕਰਦੇ ਉਹਨਾਂ ਦਾ। ਰਾਣਾ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਖਾਸ ਪੇਸ਼ਕਸ਼। ਥੈਂਕ ਯੂ ਵੈਰੀ ਮੱਚ, ਵੈਲਕਮ। ਸਿਆਸਤਦਾਨ ਦੇ ਨਾਲ ਨਾਲ ਤੁਹਾਡਾ ਰਿਸ਼ਤਾ ਇੱਕ ਅਜਿਹੇ ਪਰਿਵਾਰ ਦੇ ਨਾਲ ਹੈ, ਇੱਕ ਅਜਿਹੇ ਪਰਿਵਾਰ ਦੀ ਛਾਪ ਤੁਹਾਡੇ ਨਾਲ ਜੁੜੀ ਹੋਈ ਹੈ ਜਿਹੜਾ ਗੁਰੂਆਂ ਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ ਹੋਇਆ। ਸੋ ਗੁਰੂ ਹਰ ਸਾਹਿਬ ਦੇ ਲੋਕਾਂ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ, ਕੀ ਕੁਝ ਕੰਮ ਤੁਸੀਂ ਕੀਤਾ ਅੱਜ, ਉਸ ਦੇ ਬਾਰੇ ਵੀ ਗੱਲ ਕਰਾਂਗੇ। ਪਰ ਸ਼ੁਰੂਆਤ ਸਿਰਫ ਇਸ ਗੱਲ ਦੇ ਨਾਲ ਕਿ ਅੱਜ ਕਿਹੜਾ ਕਿਹੜਾ ਇਲਾਕਾ ਤੁਸੀਂ ਸਾਨੂੰ ਵਿਖਾਓਗੇ? ਅੱਜ ਜੀ, ਵੈਸੇ ਤਾਂ ਸਾਰਾ ਇਲਾਕਾ ਗੁਰੂਰ ਸਾਹਿਬ ਆਪਣਾ ਹੀ ਇਲਾਕਾ ਹੈ, ਲੇਕਿਨ ਮੈਂ ਅੱਜ ਕੁਛ ਪਿੰਡਾਂ 'ਚ ਜਾ ਰਹੇ ਹੈਗੇ ਹਾਂ। ਅਸੀਂ ਬਾਰਡਰ 'ਤੇ ਵੀ ਕੱਲ੍ਹ ਵੀ ਜਾ ਕੇ ਆਏ ਸੀਗੇ ਔਰ ਉੱਥੇ ਕੁਛ ਪਿੰਡਾਂ 'ਚ ਨੁਕਸਾਨ ਹੋਇਆ। ਅੱਜ ਵੀ ਮੈਂ ਬਾਰਡਰ ਦੇ ਏਰੀਏ 'ਤੇ ਜਾ ਰਿਹਾ ਹੈਗਾ। ਮੇਨ ਟਾਊਨ ਗੁਰੂ ਹਰ ਸਾਹਿਬ ਹੈਗਾ, ਆਪਾਂ ਉੱਥੇ ਵੀ ਚੱਲਾਂਗੇ। ਉੱਥੇ ਵੀ ਅੱਜ ਮੇਰਾ ਪ੍ਰੋਗਰਾਮ ਦਿੱਤਾ ਹੋਇਆ, ਸੋ ਇਹਨਾਂ ਕੁਛ ਆਪਾਂ ਪਿੰਡਾਂ ਦੇ ਵਿੱਚ ਜਾਵਾਂਗੇ। ਰੋਜ਼ਾਨਾ ਇਸੇ ਤਰ੍ਹਾਂ ਰੁਝੇਵੇਂ ਰਹਿੰਦੇ? ਬਸ ਜੀ, ਮੋਰਨਿੰਗ ਤੋਂ ਕੋਈ 9-9:30 ਤੋਂ ਕੰਮ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਲੋਕਾਂ ਨੂੰ ਘਰ ਦੇ ਵਿੱਚ, ਕਿਉਂਕਿ ਕਾਫੀ ਲੋਕ ਜਿਨ੍ਹਾਂ ਦੇ ਡਿਸਟ੍ਰਿਕਟ ਹੈੱਡਕੁਆਰਟਰ 'ਚ ਕੰਮ ਹੁੰਦੇ ਨੇ, ਉਹ ਇੱਥੇ ਪਹੁੰਚਦੇ ਨੇ, ਫਿਰ ਉਹਨਾਂ ਦੇ ਅਫਸਰਾਂ ਦੇ ਨਾਲ ਕੰਮ ਹੁੰਦੇ ਨੇ, ਕਿਉਂਕਿ ਬੀਇੰਗ ਇਨ ਦਾ ਡਿਸਟ੍ਰਿਕਟ ਹੈੱਡਕੁਆਰਟਰਸ, ਸਾਰੇ ਜਿਹੜੇ ਉਹਨਾਂ ਦੇ ਜ਼ਿਲ੍ਹੇ ਦੇ DC ਦੇ, SSP ਦੇ, ਹੋਰ ਜਿਹੜੇ ਉਹਨਾਂ ਦੇ ਕੰਮ ਨੇ ਉਹ ਇੱਥੇ ਹੁੰਦੇ ਨੇ। ਫਿਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਫਿਰ ਪਿੰਡਾਂ ਦੇ ਵਿੱਚ ਦੌਰਾ ਹੁੰਦਾ ਅਤੇ ਸ਼ਾਮ ਨੂੰ ਵਾਪਸ ਆਈਦਾ। ਸੁਦਰਸ਼ਕੋ, ਅਸੀਂ ਅੱਜ ਇਲਾਕੇ ਦੀ ਫੇਰੀ ਕਰ ਰਹੇ ਹਾਂ, ਗੁਰੂ ਹਰ ਸਾਹਿਬ ਇਲਾਕਾ ਵਿਖਾਵਾਂਗੇ ਤੁਹਾਨੂੰ ਰਾਣਾ ਗੁਰਮੀਤ ਸਿੰਘ ਸੋਢੀ ਨਾਲ। ਬਣੇ ਰਹੋ ਸਾਡੇ ਨਾਲ। ਇਸ ਸੰਖੇਪ ਤਾਰੁਫ ਮਗਰੋਂ ਰਾਣਾ ਸੋਢੀ ਰੂਬਰੂ ਹੋਏ ਇਲਾਕੇ ਦੇ ਲੋਕਾਂ ਨਾਲ। ਸਭ ਤੋਂ ਪਹਿਲਾਂ ਮਿਲੇ ਕੁਝ ਕੁ ਪਰਿਵਾਰ, ਜਿਨ੍ਹਾਂ ਦੀ ਮੰਗ ਸੀ ਕਿ ਵਿਦੇਸ਼ ਗਏ ਇਹਨਾਂ ਦੇ ਜਵਾਨ ਪੁੱਤਾਂ ਨੂੰ ਮੁੜ ਸੱਦਣ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ। ਕੈਪਟਨ ਸਾਹਿਬ ਨੇ ਪੂਰੀ ਮਦਦ ਕੀਤੀ ਹੈ। ਮੈਂ ਉਹਨਾਂ ਨੂੰ ਪਿਛਲੇ ਮੰਗਲਵਾਰ ਦੁਬਈ 'ਚ ਮਿਲਿਆ ਵੀ ਹਾਂ, ਸਭ ਠੀਕ ਠਾਕ ਹੈ। ਉਹਨਾਂ ਦੇ ਇੱਕ ਸਿਵਲ ਕੋਰਟ ਕੇਸ ਜਿਹੜਾ ਹੋਇਆ ਉਹਦੀ ਵੀ ਪੈਰਵੀ ਚੱਲ ਰਹੀ ਹੈ। ਘਰ ਤੋਂ ਬਾਹਰ ਆਏ ਤਾਂ ਦਫ਼ਤਰ ਵਿੱਚ ਮਿਲਣ ਲਈ ਬੈਠੇ ਹੋਰਨਾਂ ਲੋਕਾਂ ਦੀਆਂ ਗੱਲਾਂ ਸੁਣੀਆਂ, ਦਰਖਾਸਤਾਂ ਵੇਖੀਆਂ, ਆਪਣੇ ਵੱਲੋਂ ਹਿਦਾਇਤਾਂ ਵੀ ਕੀਤੀਆਂ ਲੋਕਾਂ ਨੂੰ ਵੀ ਅਤੇ ਅਫਸਰਾਂ ਨੂੰ ਵੀ। ਇਹ ਸਭ ਮਗਰੋਂ ਤੁਰ ਪਿਆ ਰਾਣਾ ਸੋਢੀ ਦਾ ਕਾਫਿਲਾ। ਰਾਹ ਵਿੱਚ ਵੀ ਕੰਮ ਕਾਜ ਜਾਰੀ ਰਿਹਾ, ਬੇਸ਼ੱਕ ਮੋਬਾਈਲ ਦੇ ਰਾਹੀਂ ਹੀ, ਪਰ ਵਿਧਾਇਕ ਸਾਹਿਬ ਹਦਾਇਤਾਂ ਲਗਾਤਾਰ ਦਿੰਦੇ ਰਹੇ। ਰਾਹ ਵਿੱਚ ਰਾਣਾ ਸੋਢੀ ਨੇ ਸਾਨੂੰ ਵਿਖਾਈਆਂ ਕੁਝ ਬਦਲੀਆਂ ਤਸਵੀਰਾਂ ਇਲਾਕੇ ਦੀਆਂ। 42 ਕਰੋੜ ਦੀ ਲਾਗਤ ਦੇ ਨਾਲ ਅਸੀਂ ਉਦੋਂ ਇਹ ਤਿਆਰ ਕਰਵਾਇਆ। ਸਿਆਸੀ ਫੇਰੀ ਦਾ ਪਹਿਲਾ ਪੜਾਅ ਸੀ ਪਿੰਡ ਚੱਕ ਸੋਮੀਆਂ ਵਾਲਾ। ਇੱਥੇ ਵਰਕਰਾਂ ਦੀ ਮੀਟਿੰਗ ਸੱਦੀ ਗਈ ਸੀ। ਕੁਝ ਦੇਰ ਤੱਕ ਚਾਹ ਪਾਣੀ ਪੀਣ ਮਗਰੋਂ ਰਵਾਨਾ ਹੋਇਆ ਕਾਫਿਲਾ ਵਰਕਰ ਦੇ ਘਰ ਸਾਹਮਣੇ ਰੁਕਿਆ। ਇੱਥੇ ਰੋਸ ਪ੍ਰਗਟਾਉਣ ਲਈ ਆਏ ਸਨ ਪ੍ਰਧਾਨ ਜੀ। ਮਰਹੂਮ ਬਜ਼ੁਰਗ ਦੇ ਬਾਰੇ ਆਪਣੀ ਸੰਵੇਦਨਾ ਜ਼ਾਹਿਰ ਕਰਨ ਮਗਰੋਂ ਇੱਕ ਵਾਰ ਮੁੜ ਤੋਂ ਤੁਰਿਆ ਕਾਫਿਲਾ ਇਸੇ ਪਿੰਡ ਦੇ ਇੱਕ ਨੁੱਕੜ ਤੇ ਰੁਕਿਆ। ਇੱਥੋਂ ਪੈਦਲ ਹੀ ਤੁਰ ਪਏ ਰਾਣਾ ਸੋਢੀ ਪਹੁੰਚੇ ਮਿੱਟੀ ਦੇ ਕੱਚੇ ਘਰਾਂ ਦੇ ਕੋਲ। ਸੋਗ ਪ੍ਰਗਟਾਉਣ ਲਈ ਆਏ ਰਾਣਾ ਸੋਢੀ ਨੇ ਦੇਸੀ ਮੰਜਿਆਂ ਤੇ ਬਹਿ ਕੇ ਆਪਣੀ ਹਮਦਰਦੀ ਜ਼ਾਹਰ ਕੀਤੀ। ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਕੱਚੀਆਂ ਰਾਹਾਂ ਤੋਂ ਮੁੜ ਵਾਪਸੀ ਹੋਈ ਲਗਜ਼ਰੀ ਗੱਡੀਆਂ ਵੱਲ। ਪਿੰਡ ਚੱਕ ਸੋਮੀਆਂ ਤੋਂ ਅਗਲਾ ਪੜਾਅ ਸੀ ਪਿੰਡ ਬਹਾਦਰ ਕੇ। ਇੱਥੇ ਵੀ ਸਭ ਤੋਂ ਪਹਿਲਾਂ ਰਾਣਾ ਸੋਢੀ ਨੇ ਬਜ਼ੁਰਗਾਂ ਦੀ ਮੌਤ ਤੇ ਜਾ ਕੇ ਅਫਸੋਸ ਪ੍ਰਗਟਾਇਆ। ਕੁਝ ਦੇਰ ਬਹਿ ਕੇ ਇਸੇ ਪਿੰਡ ਦੇ ਕਮਿਊਨਿਟੀ ਸੈਂਟਰ ਵਿੱਚ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਲੋਕਾਂ ਦੀਆਂ ਦਿੱਕਤਾਂ ਸੁਣੀਆਂ ਅਤੇ ਯਕੀਨ ਦਵਾਇਆ ਕਿ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਦਰਪੇਸ਼ ਔਕੜਾਂ ਦੇ ਮੁਤਲਕ ਰਾਣਾ ਸੋਢੀ ਆਪ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ।
ਮੈਂ ਇਸ ਗੱਲ ਦੇ ਨਾਲ ਵੀ ਸਹਿਮਤ ਹਾਂ ਵੀ ਇੱਕ ਡੈਲੀਗੇਸ਼ਨ ਮੈਂ ਬਣਾ ਲੈਂਦਾ, ਆਪਾਂ ਗ੍ਰਹਿ ਮੰਤਰੀ ਨੂੰ ਦੁਬਾਰਾ ਮਿਲ ਲੈਂਦੇ ਹਾਂ। ਔਰ ਉਦੋਂ ਪਹਿਲਾਂ ਮਿਲਣ ਤੋਂ ਪਹਿਲਾਂ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਔਰ ਸੁਖਬੀਰ ਬਾਦਲ ਨੂੰ ਵੀ ਇਹ ਕਹਿ ਦੇਣਾ ਹੈਗਾ ਵੀ ਤੁਸੀਂ ਸਾਨੂੰ ਸੈਂਟਰ 'ਚ ਇੱਕ ਚਿੱਠੀ ਇੱਥੋਂ ਲਿਖ ਕੇ ਭੇਜੋ ਤਾਂ ਕਿ ਆਹ ਜਿਹੜੀਆਂ ਮੁਸ਼ਕਲਾਂ ਹੈਗੀਆਂ ਇਹ ਸਾਡੀਆਂ ਹੱਲ ਹੋਣ। ਇਸ ਮੀਟਿੰਗ ਮਗਰੋਂ ਸਮਾਂ ਦੁਪਹਿਰ ਦੇ ਖਾਣੇ ਦਾ ਸੀ, ਸੋ ਰਾਣਾ ਸੋਢੀ ਨੂੰ ਖਾਣੇ ਦੀ ਲੱਜ਼ਤ ਦੇ ਨਾਲ ਛੱਡ ਕੇ ਅਸੀਂ ਕੁਝ ਸਮੇਂ ਲਈ ਰਵਾਨਾ ਹੋਏ ਇਲਾਕੇ ਦੀ ਫੇਰੀ ਲਈ। ਦੋ ਵਾਰ ਰਾਣਾ ਸੋਢੀ ਵੱਲੋਂ ਇਸ ਇਲਾਕੇ ਦੀ ਨੁਮਾਇੰਦਗੀ ਦਾ ਰਾਜ਼ ਕਿਤੇ ਨਾ ਕਿਤੇ ਉਹਨਾਂ ਦੇ ਕੀਤੇ ਕੰਮਾਂ ਵਿੱਚ ਵੀ ਨਜ਼ਰ ਆਇਆ। ਗੁਰੂ ਹਰ ਸਹਾਇ 'ਚ ਬਣਿਆ ਇਹ ਪੁਲ ਲੋਕਾਂ ਨੂੰ ਕਿਵੇਂ ਸਹੂਲਤ ਦੇ ਰਿਹਾ ਤਸਵੀਰਾਂ ਦੇ ਰਾਹੀਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਨਾਲ ਹੀ ਇਸੇ ਇਲਾਕੇ ਦੇ ਪਾਰਕ ਨੂੰ ਵੀ ਅਸੀਂ ਵੇਖਿਆ, ਜਿੱਥੇ ਪਾਰਕ ਦੇ ਅੰਦਰ ਕੁਦਰਤ ਦਾ ਖੂਬਸੂਰਤ ਨਜ਼ਾਰਾ ਦਿਖ ਰਿਹਾ ਸੀ, ਉੱਥੇ ਹੀ ਪਾਰਕ ਦੇ ਬਾਹਰ ਅਣਗਹਿਲੀ ਇਸ ਸ਼ਕਲ ਵਿੱਚ ਨਜ਼ਰ ਆਈ। ਇਸ ਸਭ ਦੇ ਨਾਲ ਗੁਰੂ ਹਰ ਸਹਾਇ ਇਲਾਕੇ ਦਾ ਦਰਵਾਜ਼ਾ ਵੀ ਅਸੀਂ ਵੇਖਿਆ। ਅਸੀਂ ਗੱਲਾਂ ਕੀਤੀਆਂ ਇਲਾਕੇ ਦੇ ਲੋਕਾਂ ਨਾਲ। ਮੰਗਾ ਜੀ, ਰਾਣਾ ਸਾਹਿਬ ਨੇ ਇੱਥੇ ਤਕਰੀਬਨ ਪੂਰੀਆਂ ਕਰਤੀਆਂ, ਇੱਕ ਕੋਲਜ ਬਣਵਾਇਆ ਇੱਥੇ ਮੋਣ ਕੇ, ਉੱਥੇ ਕਾਫੀ ਹੁਣ ਬੱਚੇ ਪੜ੍ਹ ਰਹੇ ਨੇ, ਹੋਰ ਵੀ ਡਿਵੈਲਪਮੈਂਟ ਇੱਥੇ ਹੋਈ ਹੈ, ਜੋ ਵੀ ਹੋਇਆ ਪੁੱਲ ਦਾ ਹੋਇਆ ਕੰਮ, ਪਾਰਕ ਬਣਿਆ, ਸੜਕਾਂ ਬਣੀਆਂ। ਕੋਈ ਡਿਮਾਂਡ ਖਾਸ ਰਹਿ ਨਹੀਂ ਗਈ ਕਿ ਜਿਹੜੀ ਉਹਨਾਂ ਨੇ ਪੂਰੀ ਨਹੀਂ ਕੀਤੀ ਗੀ। ਉਦੋਂ ਪਹਿਲਾਂ ਤਾਂ ਬਹੁਤ ਪਿਛੜਿਆ ਇਲਾਕਾ ਸੀਗਾ, ਬਾਕੀ ਉਸ ਤੋਂ ਬਾਅਦ ਜਦੋਂ ਰਾਣਾ ਸਾਹਿਬ ਆਏ ਨੇ ਉਹਨਾਂ ਨੇ ਹਰੇਕ ਦੇ ਦੁੱਖ ਸੁੱਖ 'ਚ ਪੂਰਾ ਸਾਥ ਦਿੱਤਾ, ਅਜੇ ਤੱਕ ਵੀ ਉਹ ਆਉਂਦੇ ਨੇ। ਸਾਰਿਆਂ ਨਾਲੋਂ ਵੱਡੀ ਸਾਡੀ ਪ੍ਰੋਬਲਮ ਸੀਵਰੇਜ ਦੀ, ਹੁਣ ਦੋ ਦਿਨ ਬਾਰਿਸ਼ ਪਈ ਹੈ, ਸਾਡਾ ਉਹ ਹਾਲ ਹੋਇਆ ਜਿਹੜਾ ਕਦੀ ਕਿਸੇ ਦਾ ਨਹੀਂ ਹੋਇਆ। ਅਤੇ ਇੱਥੇ ਗੋਡੇ ਗੋਡੇ ਪਾਣੀ ਸੀਗਾ ਬੈਂਕ ਰੋਡ 'ਤੇ, ਪੁਰਾਣਾ ਸਾਡਾ ਸਟੇਟ ਬੈਂਕ ਰੋਡ ਉੱਥੇ, ਕ੍ਰਿਸ਼ਨ ਮੰਦਰ ਗਲੀ ਹੈ, ਸਟੇਟ ਬੈਂਕ ਗਲੀ ਹੈ, ਇੱਥੇ ਇੰਨਾ ਪਾਣੀ ਸੀ ਨਾ ਹਾਲੇ ਵੀ ਉੱਥੋਂ ਬੰਦੇ ਦਾ ਨਿਕਲਣਾ ਬੜਾ ਮੁਸ਼ਕਲ ਸੀਗਾ। ਅਤੇ ਇਹ ਜਿਹੜਾ ਜ਼ਰੂਰੀ ਹੈ, ਤਾਂ ਦੋ ਵਾਰੀ ਸਾਡੇ ਆਪੋਜਿਸ਼ਨ ਲੀਡਰ ਆਏ ਵੀ ਨਹੀਂ ਹੈਗੇ, ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਫੰਡ ਵੀ ਦਿੱਤਾ, ਪਰ ਉਹ ਹਾਲ ਤੱਕ ਪਤਾ ਨਹੀਂ ਸਾਨੂੰ ਫੰਡ ਹੈਗਾ ਕਿੱਥੇ। ਇਹਨਾਂ ਲੋਕਾਂ ਨਾਲ ਗੱਲਾਂ ਕਰਨ ਮਗਰੋਂ ਅਸੀਂ ਮਿਲੇ ਇਲਾਕੇ ਦੇ ਅਕਾਲੀ ਆਗੂ ਮੋਂਟੂ ਵੋਰਾ ਨੂੰ। ਮੇਰਾ ਖਿਆਲ ਕੋਈ ਵੀ ਕੰਮ ਇੱਦਾਂ ਦਾ ਨਹੀਂ ਜਿਹੜੇ ਹਲਕੇ ਦੀ ਡਿਵੈਲਪਮੈਂਟ ਲੈ ਲਓ, ਮਿਊਨਸਿਪਲ ਕਮੇਟੀ ਦੇ ਲੈ ਲਓ, ਬੇਅਥਾਹ ਕੰਮ ਹੋਏ ਨੇ, ਜਿੰਨੇ ਆਪਾਂ ਕੰਮ ਕਹਿ ਸਕੀਏ। ਜਿੱਦਾਂ ਇਲੈਕਟ੍ਰੀਸਿਟੀ ਦਾ ਹੀ ਸਾਡੇ ਬਿਜਲੀ ਦੇ ਇਕੱਲੇ 30 ਕਰੋੜ ਰੁਪਏ ਦਾ ਇਕੱਲੇ ਬਿਜਲੀ ਨੇ, ਜਿਹੜੀਆਂ ਸੰਤਾਲੀ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਦੀਆਂ ਕੰਡਕਟਰ ਤਾਰਾਂ ਨਹੀਂ ਬਦਲੀਆਂ ਗਈਆਂ ਸੀ, ਉਹ ਵੀ ਹੁਣ 30 ਕਰੋੜ ਰੁਪਏ ਦੇ ਕਰੀਬ ਖਰਚ ਕਰਕੇ, ਉਹ ਸਾਡੇ ਸਦੀਆਂ ਤੋਂ ਜਿਹੜੀ ਜਦੋਂ ਦੇ ਅਸੀਂ ਜਨਮ ਲਿਆ ਉਸ ਦਿਨ ਤੋਂ ਅਸੀਂ ਵੇਖਦੇ ਆ ਰਹੇ ਹਾਂ। ਚੀਜ਼ ਦੀ ਡਿਮਾਂਡ ਸੀ ਕੋਲਜ ਦੀ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੇਣ ਹੈ, ਜਿਹੜਾ ਹੁਣ ਅੱਜ ਦੀ ਡੇਟ 'ਚ ਗੁਰੂ ਸਾਹਿਬ ਦੇ ਵਿੱਚ ਕਾਲਜ ਚੱਲ ਰਿਹਾ, ਇੱਥੋਂ ਦੇ ਬੱਚੇ ਉਹਦਾ ਆਨੰਦ ਮਾਣ ਰਹੇ ਨੇ। ਸਾਡੀ ਫੇਰੀ ਲਗਾਤਾਰ ਜਾਰੀ ਸੀ, ਅਸੀਂ ਮੁੜ ਤੋਂ ਰਾਣਾ ਸੋਢੀ ਦੇ ਕਾਫਲੇ ਵਿੱਚ ਸ਼ਾਮਲ ਹੋਏ ਤਾਂ ਪਿੰਡ ਗੋਲੂਕੇ ਵਿੱਚ ਉਹ ਆਪਣੇ ਦੋਸਤ ਦਾ ਹਾਲ ਚਾਲ ਪੁੱਛਣ ਲਈ ਆਏ ਸਨ। ਗੋਲੂਕੇ ਤੋਂ ਬਾਅਦ ਰਾਣਾ ਸੋਢੀ ਦਾ ਕਾਫਲਾ ਰੁਕਿਆ ਕੁਮਾਰ ਟੇਲਰਸ ਗੁਰੂ ਹਰ ਸਹਾਇ ਦੇ ਕੋਲ, ਇੱਥੇ ਵੀ ਰਾਣਾ ਸੋਢੀ ਆਪਣੇ ਦੋਸਤ ਨੂੰ ਮਿਲਣ ਲਈ ਆਏ ਸਨ। ਅਸੀਂ ਵੀ ਰਾਣਾ ਸੋਢੀ ਦੀ ਸ਼ਖਸੀਅਤ ਬਾਰੇ ਗੱਲਾਂ ਕਰਨ ਲਈ ਉਹਨਾਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲੇ। ਅਨਮੀਤ ਜੀ, ਐਜ਼ ਅ ਸਨ, ਇੱਕ ਬੇਟੇ ਵਾਂਗ ਤੁਸੀਂ ਕੋਈ ਅਜਿਹੀ ਆ ਜਿਹੜੀ ਹਮੇਸ਼ਾ ਜ਼ਹਿਨ ਵਿੱਚ ਤਾਜ਼ਾ ਰਹਿੰਦੀ ਹੋਵੇ, ਕਿ ਜਦੋਂ ਬਚਪਨ ਯਾਦ ਆਉਂਦਾ ਤਾਂ ਉਹ ਯਾਦ ਜ਼ਰੂਰ ਯਾਦ ਆਉਂਦੀ, ਉਹ ਗੱਲ ਜ਼ਰੂਰ ਯਾਦ ਆਉਂਦੀ ਹੈ ਰਾਣਾ ਜੀ ਨਾਲ ਜੁੜੀ। ਕਈ ਗੱਲਾਂ ਬਚਪਨ ਦੀਆਂ ਜਿਹੜੀਆਂ ਯਾਦ ਆਉਂਦੀਆਂ, ਪਰ ਸਾਨੂੰ ਇੱਕ ਗੱਲ ਯਾਦ ਹੈ, ਜਦੋਂ ਵੀ ਅਸੀਂ ਛੁੱਟੀਆਂ 'ਚ ਆਉਣਾ, ਕਿਉਂਕਿ ਅਸੀਂ ਦੋਵੇਂ ਬ੍ਰਦਰਸ ਅਤੇ ਅਸੀਂ ਮੇਰੀ ਸਿਸਟਰ ਛੋਟੀ, ਅਸੀਂ ਦੋਵੇਂ ਅਸੀਂ ਤਿੰਨੋਂ ਜਣੇ ਹੋਸਟਲ 'ਚ ਪੜ੍ਹੇ ਹਾਂ, ਮੈਂ ਸਨਾਰ ਪੜ੍ਹਦਾ ਸੀ ਅਤੇ ਮੇਰੀ ਸਿਸਟਰ ਮੇਓ ਗਰਲਸ 'ਚ ਪੜ੍ਹੀ ਸੀ, ਅਤੇ ਜਦੋਂ ਵੀ ਅਸੀਂ ਛੁੱਟੀਆਂ 'ਚ ਆਉਣਾ ਅਤੇ ਉਦੋਂ ਅਸੀਂ ਰਾਤ ਤੱਕ ਵੇਟ ਕਰਦੇ ਰਹਿਣਾ ਕਿ ਜਦੋਂ ਵੀ ਡੈਡ ਨੇ ਵਾਪਸ ਆਉਣਾ, ਲੇਟ ਆਉਣਾ ਵਾਪਸ, ਪਰ ਅਸੀਂ ਇੱਕ ਰੂਟੀਨ ਬਣਿਆ ਹੋਇਆ ਸੀ ਕਿ ਅਸੀਂ ਖਾਣਾ ਇਕੱਠੇ ਖਾਣਾ, ਜੇ ਅਸੀਂ ਸੌਂ ਵੀ ਗਏ ਤਾਂ ਸਾਨੂੰ ਸਾਡੇ ਫਾਦਰ ਨੇ ਆ ਕੇ ਜਗਾ ਦੇਣਾ ਅਤੇ ਅਸੀਂ ਦੋ ਦੋ ਘੰਟੇ ਉਹਨਾਂ ਦੇ ਕਮਰੇ 'ਚ ਬਹਿ ਕੇ, ਉਹਨਾਂ ਦੇ ਬਿਸਤਰੇ 'ਤੇ ਬਹਿ ਕੇ ਉਹਨਾਂ ਦੇ ਨਾਲ ਆਪਦੀਆਂ ਗੱਲਾਂ, ਆਪਦੇ ਹਾਸੇ ਮਜ਼ਾਕ ਜਿਹੜੇ ਆਪਦੇ ਸ਼ੇਅਰ ਕਰਦੇ ਰਹਿਣਾ। ਅਤੇ ਇਹ ਜਿਹੜੀਆਂ ਮੂਮੈਂਟਸ ਹੈਗੀਆਂ ਇਹ ਇੰਨੀਆਂ ਇਮੋਸ਼ਨਲ ਹੈਗੀਆਂ, ਕਿਉਂਕਿ ਟਾਈਮ ਬਹੁਤ ਘੱਟ ਸੀ, ਪਰ ਫਿਰ ਵੀ ਅਸੀਂ ਲੇਟ ਨਾਈਟ 12 ਵੱਜ ਜਾਣੇ, ਬੇਸ਼ੱਕ 12:30 ਵੱਜ ਜਾਣੇ, 1 ਵੱਜ ਜਾਣੇ, ਪਰ ਅਸੀਂ ਸਾਰੇ ਪਰਿਵਾਰ ਨੇ ਇਕੱਠੇ ਬਹਿ ਕੇ ਸ਼ਾਮ ਨੂੰ ਘੰਟਾ ਡੇਢ ਘੰਟਾ ਅਸੀਂ ਜ਼ਰੂਰ ਇਕੱਠੇ ਬਿਤਾਉਂਦੇ ਰਹੇ ਹਾਂ। ਹੁਣ ਵੀ ਕਦੇ ਲੱਗਦਾ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਪੋਲੀਟਿਕਸ ਵਿੱਚ ਹੋਣ ਕਰਕੇ ਟਾਈਮ ਘੱਟ ਮਿਲਦਾ ਸੀ ਫੈਮਲੀ ਦੇ ਲਈ, ਤੁਸੀਂ ਉਹਨਾਂ ਨੂੰ ਪੋਲੀਟਿਕਸ ਵਿੱਚ ਵੀ ਸਪੋਰਟ ਕਰ ਰਹੇ ਹੋ ਅਤੇ ਪਲੱਸ ਬਿਜ਼ਨਸ ਵੀ ਵੇਖ ਰਹੇ ਹੋ, ਕਦੇ ਉਹ ਚੀਜ਼ ਆਪਣੇ 'ਤੇ ਵੀ ਐਪਲੀਕੇਬਲ ਲੱਗਦੀ ਹੈ ਕਿ ਉਹ ਫੀਲ ਹੁੰਦਾ ਉਸ ਤਰੀਕੇ ਦਾ? ਕਦੇ ਬਿਲਕੁਲ ਹੁੰਦਾ, ਕੋਸ਼ਿਸ਼ ਕਰੀਦੀ ਹੈ, ਕਿਉਂਕਿ ਹੁਣ ਜਿਵੇਂ ਜਿਵੇਂ ਕਾਰੋਬਾਰ ਵੱਧਦਾ ਪਿਆ, ਜਿਵੇਂ ਜਿਵੇਂ ਦਾਇਰਾ ਵੱਧਦਾ ਪਿਆ, ਉਵੇਂ ਉਵੇਂ ਟਾਈਮ ਵੀ ਬਹੁਤ ਘੱਟ ਹੈ,
ਅਤੇ ਕੋਸ਼ਿਸ਼ ਕਰੀ ਦੀ ਹੈ ਕਿ ਜਿਹੜੀਆਂ ਸਾਡੇ 'ਚ ਜਿਹੜੇ ਅਸੀਂ ਮਹਿਸੂਸ ਕਰਦੇ ਰਹੇ, ਕਮੀ ਮਹਿਸੂਸ ਕਰਦੇ ਰਹੇ, ਉਹ ਅਸੀਂ ਆਪਦੀ ਫੈਮਿਲੀ 'ਚ ਅੱਗੇ ਨਾ ਕੋਸ਼ ਦਈਏ। ਕੋਸ਼ਿਸ਼ ਹੁੰਦੀ ਹੈ ਕਿ ਕੁਆਲਿਟੀ ਟਾਈਮ, ਵੀਕਐਂਡਸ ਜਾਂ ਜਿਹੜੀਆਂ ਵੀ ਹੋਲੀਡੇਜ਼ ਹੈਗੀਆਂ, ਸਾਰੀ ਫੈਮਿਲੀ ਇਕੱਠੇ ਹੋਈਏ। ਅਸੀਂ ਇੱਕ ਫੈਮਿਲੀ ਹੋਲੀਡੇ ਕੋਸ਼ਿਸ਼ ਕਰੀ ਦੀ ਕਿ ਸਾਲ 'ਚ ਅਸੀਂ ਸਾਰੇ ਜਣੇ ਇਕੱਠੇ ਹੋਈਏ, ਤਾਂ ਕਿ ਅਸੀਂ ਇੱਕ ਯਾਦਗਾਰੀ ਜਿਹੜੀ ਹੈਗੀ ਉਹ ਆਪਦੇ 'ਚ ਬਣਾ ਕੇ ਰੱਖੀਏ। ਇਸ ਉਮਰ ਦੇ ਤਜ਼ਰਬੇ ਤੱਕ ਜੇ ਆਪਣੇ ਫਾਦਰ ਸਾਹਿਬ ਨੂੰ ਤੁਸੀਂ ਡਿਫਾਈਨ ਕਰਨਾ ਹੋਵੇ, ਘੱਟ ਲਫਜ਼ਾਂ ਵਿੱਚ ਕਿੱਦਾਂ ਡਿਫਾਈਨ ਕਰੋਗੇ? ਹੀ ਇਜ਼ ਅ ਪੋਜ਼ਿਟਿਵ, ਲਾਰਜ ਹਾਰਟਿਡ ਐਂਡ ਅ ਫੋਰਗਿਵਿੰਗ ਮੈਨ। ਹੀ ਇਜ਼ ਅ ਗੁੱਡ ਸੋਲ ਬਾਏ ਨੇਚਰ ਐਂਡ ਹੀ ਇਜ਼ ਅ ਹਾਰਮਲੈਸ ਮੈਨ। ਦੈਟ ਇਜ਼ ਆਲ ਆਈ ਕੈਨ ਸੇ, ਬਿਕੋਜ਼ ਮੈਨੂੰ ਅੱਜ ਤੱਕ ਆਹ 10 ਸਾਲ ਹੋ ਗਏ ਇਸ ਪੋਲੀਟੀਕਲ ਸਿਆਸਤ ਦੇ ਮਾਹੌਲ 'ਚ ਘੁੰਮਦੇ ਹੋਏ ਵੀ, ਅਤੇ ਬਾਕੀ ਦੇ ਸੋਸ਼ਲ ਮਾਹੌਲ 'ਚ ਤਾਂ ਬਹੁਤ ਸਾਲ ਹੋ ਗਏ। ਆਈ ਡੋਂਟ ਨੋ ਵਨ ਪਰਸਨ ਆਲਸੋ ਜਿਨ੍ਹਾਂ ਨੇ ਆ ਕੇ ਕਿਹਾ ਹੋਇਆ ਕਿ ਇਸ ਬੰਦੇ ਨੇ ਮੇਰਾ ਨੁਕਸਾਨ ਮੋਨੀਟਰੀ ਵਾਈਜ਼, ਪੈਸੇ ਵਾਈਜ਼ ਜਾਂ ਕਿਸੇ ਹੋਰ ਕਿਸੇ ਤਰੀਕੇ ਨਾਲ ਇਸ ਬੰਦੇ ਨੇ ਮੇਰਾ ਨੁਕਸਾਨ ਕੀਤਾ ਹੋਇਆ। ਹਰ ਬੰਦੇ ਨੇ ਕਿਹਾ ਕਿ ਤੁਸੀਂ ਆਪਦੇ ਫਾਦਰ ਤਰ੍ਹਾਂ ਹੋਇਆ ਕਰੋ। ਇਹਨਾਂ ਦੀ ਫੈਮਿਲੀ, ਸਾਡੀ ਫੈਮਿਲੀ, ਅਸੀਂ ਇਕੱਠੇ ਆਏ ਸੀਗੇ ਸਾਡੇ ਪੂਰਵ 'ਚ ਪਾਕਿਸਤਾਨ ਤੋਂ, ਮਹਿਮਦੀਪੁਰ ਤੋਂ। ਉਦੋਂ ਬਾਅਦ ਸਾਡੀਆਂ ਫੈਮਿਲੀਜ਼, ਆਮ ਛੋਟਾ ਜਿਹਾ ਟਾਊਨ ਸੀ, ਇਕੱਠਿਆਂ ਰਹਿਣਾ, ਅਸਟੈਬਲਿਸ਼ ਫੈਮਿਲੀ ਸੀ, ਸਾਡੇ ਵੀ ਫਾਦਰ ਅਸਟੈਬਲਿਸ਼ ਫੈਮਿਲੀ ਸੀਗੇ, ਅਤੇ ਆਪਸ ਦੇ ਵਿੱਚ ਸ਼ਰਾਰਤਾਂ ਕਰਨੀਆਂ, ਹੱਸਣਾ ਖੇਡਣਾ, ਮੀਂਹ ਪੈਣਾ ਬਾਹਰ ਆ ਜਾਣਾ, ਸ਼ਾਮ ਨੂੰ ਬਾਂਡੇ ਖੇਡਣੇ, ਜਾਂ ਉਹ ਫੱਕੀ ਕੁੱਟ ਕੇ ਛੋਲਿਆਂ ਦੇ ਦਾਣੇ ਬਣਾਉਂਦੇ ਹੁੰਦੇ ਸੀ, ਉਹ ਬਣਾ ਕੇ ਛੋਲਿਆਂ ਦੇ ਦਾਣੇ ਖਾ ਲੈਣੇ, ਘਰੋਂ ਚੋਰੀ ਘੋੜੀ 'ਤੇ ਨਿਕਲ ਕੇ, ਕਿਤੇ ਇਹਨਾਂ ਕੋਲ ਕਾਰ ਹੁੰਦੀ ਸੀ ਉਸ ਵੇਲੇ, ਕਾਰ ਮਤਲਬ ਗੁਰੂਆਂ ਕੋਲ ਹੀ ਹੁੰਦੀ, ਹੋਰ ਤਾਂ ਕਿਸੇ ਨੇ ਕਾਰ ਵੇਖੀ ਨਹੀਂ ਕਦੇ। ਕਾਰ ਦੇ ਉੱਤੇ ਚੋਰੀ ਨਿਕਲ ਜਾਣਾ ਘਰਦਿਆਂ ਨੇ ਮਗਰੋਂ ਲੱਭਦੇ ਫਿਰਨਾ, ਅਸੀਂ ਮੁੜ ਕੇ ਪਤਾ ਲੱਗਣਾ ਸ਼ਾਮ ਨੂੰ ਆ ਜਾਣਾ। ਸਾਡੇ ਨਾਲ ਇੱਕ ਸਾਡਾ ਹੋਰ ਦੋਸਤ ਹੁੰਦਾ ਸੀ, ਉਹ ਕਰਨਵੀਰ ਸੋਢੀ, ਇਹਨਾਂ ਦੀ ਫੈਮਿਲੀ 'ਚੋਂ ਹੀ ਹੈ, ਅਤੇ ਉਹਨੂੰ ਅਸੀਂ ਲੰਡੂ ਕਹਿੰਦੇ ਸੀਗੇ ਹਾਸੇ ਨਾਲ, ਇਹਨੂੰ ਰਾਣਾ ਕਹਿੰਦੇ ਸੀ। ਲੇਕਿਨ ਇਹ ਗੁਰੂਆਂ ਦੇ ਵਿੱਚੋਂ ਨੋਰਮਲ ਸੀ ਬੰਦਾ, ਮਤਲਬ ਇਹਦੇ 'ਚ ਕਦੇ ਵੀ ਆਕੜ ਉਕੜ ਨਹੀਂ, ਉਵੇਂ ਆਮ ਬੰਦਿਆਂ ਦੇ ਵਿੱਚ ਵਿਚਰਨਾ, ਆਮ ਬੰਦਿਆਂ 'ਚ ਰਹਿਣਾ ਕਰਨਾ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਸਾਡੇ ਦਰਸ਼ਕਾਂ ਦਾ, ਸਾਡੇ ਖਾਸ ਪੇਸ਼ਕਸ਼ ਵਿੱਚ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਰਾਣਾ ਸੋਢੀ, ਉਹਨਾਂ ਦਾ ਇੱਕ ਵਾਰ ਫਿਰ ਤੋਂ ਇਸਤੇਮਾਲ ਕਰਦੇ ਹਾਂ। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਜੀ। ਇਸ ਹਿੱਸੇ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੀ ਜ਼ਿੰਦਗੀ ਦੇ ਉਹਨਾਂ ਪਹਿਲੂਆਂ ਦੇ ਬਾਰੇ ਜਿਨ੍ਹਾਂ ਬਾਰੇ ਲੋਕਾਂ ਨੂੰ ਖਾਸ ਕਰਕੇ ਨਹੀਂ ਪਤਾ। ਤੁਹਾਨੂੰ ਲੋਕ ਸਿਆਸੀ ਆਗੂ ਵਜੋਂ ਜਾਣਦੇ ਨੇ, ਪਰ ਇਸ ਤੋਂ ਵੱਖ ਵੀ ਇੱਕ ਸ਼ਖਸੀਅਤ ਹੁੰਦੀ ਹੈ। ਸਿਆਸੀ ਆਗੂ ਦੀ ਨਿੱਜੀ ਜ਼ਿੰਦਗੀ ਵੀ ਹੁੰਦੀ ਹੈ, ਉਹਨਾਂ ਦੇ ਨਿੱਜੀ ਰੁਝੇਵੇਂ ਵੀ ਹੁੰਦੇ ਨੇ, ਹੋਬੀਜ਼ ਵੀ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਸਿਆਸਤ ਵਿੱਚ ਆਉਣ ਦੀ ਸ਼ੁਰੂਆਤ ਕਿਵੇਂ? ਵੈਲ, ਸਿਆਸਤ 'ਚ ਮੈਂ 1976 'ਚ ਯੂਥ ਕਾਂਗਰਸ ਵਜੋਂ ਬਲੋਕ ਦਾ ਪ੍ਰਧਾਨ ਬਣਿਆ। ਮੈਂ ਕਾਫੀ ਪ੍ਰਭਾਵਿਤ ਸੀ ਕਾਂਗਰਸ ਪਾਰਟੀ ਵੱਲੋਂ। ਉਹਨਾਂ ਦਿਨਾਂ 'ਚ ਯੂਥ ਕਾਂਗਰਸ ਦੀ ਲਹਿਰ ਸੀ, ਸੰਜੇ ਗਾਂਧੀ ਜੀ ਯੂਥ ਕਾਂਗਰਸ ਦੇ ਆਗੂ ਸੀਗੇ ਔਰ ਅੰਬਿਕਾ ਸੋਨੀ ਜੀ ਕਾਂਗਰਸ ਦੇ ਯੂਥ ਕਾਂਗਰਸ ਦੇ ਪ੍ਰਧਾਨ ਸੀਗੇ। ਸੋ ਮੈਨੂੰ ਉਹਨਾਂ ਤੋਂ ਇੰਸਪੀਰੇਸ਼ਨ ਮਿਲੀ ਔਰ ਮੈਂ ਯੂਥ ਕਾਂਗਰਸ ਜੁਆਇਨ ਕੀਤੀ ਸੀ 1976 'ਚ, ਔਰ ਫਿਰ ਮੇਰਾ ਇੰਟਰਸਟ ਹੋਰ ਵੱਧਦਾ ਗਿਆ। 1985 'ਚ ਮੈਨੂੰ ਰਾਜੀਵ ਜੀ ਗਾਂਧੀ ਜੀ ਨੇ ਮੈਨੂੰ ਟਿਕਟ ਦਿੱਤੀ ਔਰ ਮੈਂ ਗੁਰੂ ਹਰਸਾਏ ਤੋਂ ਪਹਿਲੀ ਦਫ਼ਾ ਇਲੈਕਸ਼ਨ 1985 'ਚ ਲੜਿਆ ਸੀ। ਖੈਰ, ਇਹ ਤਾਂ ਇਲੈਕਸ਼ਨ ਲੜਿਆ, ਪਰ 76 ਤੋਂ ਪਹਿਲਾਂ ਹੀ ਜੇਕਰ ਗੱਲ ਕਰੀਏ, ਉਹ ਸ਼ੁਰੂਆਤੀ ਜ਼ਿੰਦਗੀ ਵਿੱਚ ਕਦੇ ਸੋਚਿਆ ਸੀ ਸਕੂਲ ਵੇਲੇ ਜਾਂ ਕਾਲਜ ਵੇਲੇ ਜਾਂ ਉਸ ਟਾਈਮ ਵੇਲੇ ਕਿ ਕਦੇ ਇਸ ਲਾਈਫ ਵਿੱਚ ਆਵਾਂਗੇ ਜਾਂ ਸਿਆਸਤ ਵਿੱਚ ਆਵਾਂਗੇ? ਮੈਂ ਕਦੇ ਨਹੀਂ ਸੋਚਿਆ। ਮੈਂ ਮਿਲਟਰੀ 'ਚ ਜਾਣਾ ਚਾਹੁੰਦਾ ਸੀ, ਮੇਰਾ ਬੜਾ ਸ਼ੌਕ ਸੀ ਕਿ ਮੈਂ ਆਰਮੀ 'ਚ ਜਾਵਾਂ, ਔਰ ਇੱਕ ਪੁਆਇੰਟ ਇਹ ਵੀ ਆਇਆ ਕਿ ਮੈਂ ਨੈਸ਼ਨਲ ਡਿਫੈਂਸ ਅਕੈਡਮੀ ਦਾ ਇਮਤਿਹਾਨ ਵੀ ਦਿੱਤਾ NDA ਦਾ, ਔਰ ਮੈਂ ਉਹਦੇ 'ਚ ਪਾਸ ਵੀ ਹੋ ਗਿਆ। ਲੇਕਿਨ ਫਿਰ ਜੋ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਹਾਲਾਤ ਐਸੇ ਬਣ ਗਏ ਬਣੇ ਕਿ ਮੇਰੇ ਮਦਰ ਮੇਰੇ ਨਾਲ ਬੜੇ ਅਟੈਚ ਸੀਗੇ, ਅਤੇ ਸ਼ੀ ਵਾਂਟਡ ਮੀ ਟੂ ਬੀ ਅਰਾਊਂਡ ਹਿਮ, ਕਿ ਵੀ ਮੈਂ ਉਹਨਾਂ ਦੇ ਕੋਲੇ ਰਹਾਂ, ਤਾਂ ਉਹ ਮੈਂ ਫਿਰ ਆਰਮੀ 'ਚ ਨਹੀਂ ਜਾ ਸਕਿਆ ਗਾ। ਸੋ ਪਰਿਵਾਰ ਦਾ ਮੋਹ ਕਿਤੇ ਨਾ ਕਿਤੇ ਉਹ ਚੀਜ਼ ਸੀਗੀ ਜਿਹੜੀ ਤੁਹਾਨੂੰ ਸਿਆਸਤ ਵਿੱਚ ਲਿਆ? ਹੋ ਸਕਦਾ, ਪਰ ਫਿਰ ਉਸ ਤੋਂ ਬਾਅਦ ਮੇਰਾ ਇੰਟਰਸਟ ਜਿਹੜਾ ਹੈਗਾ ਪੋਲੀਟਿਕਸ ਵੱਲ ਵੱਧ ਗਿਆ। 2002 ਤੋਂ 2012 10 ਸਾਲ ਲਗਭਗ ਕੰਪਲੀਟ ਹੋਣ ਵਾਲੇ ਨੇ ਗੁਰੂ ਹਰਸਾਹਿਬ ਦੀ ਨੁਮਾਇੰਦਗੀ ਕਰਦੇ ਹੋਏ, ਕਿੱਦਾਂ ਦਾ ਲੱਗਦਾ ਹੁਣ? ਬੜਾ ਅੱਛਾ ਲੱਗ ਰਿਹਾ, ਆਈ ਫੀਲ ਸੈਟਿਸਫਾਈਡ, ਕਿਉਂਕਿ 2002 'ਚ ਜਦੋਂ ਮੈਂ MLA ਬਣਿਆ ਔਰ ਉਹ 5 ਸਾਲ ਜਿਹੜੇ ਸੀਗੇ ਮੈਨੂੰ ਲੋਕਾਂ ਦੀ ਸੇਵਾ ਕਰਕੇ, ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰਕੇ ਮੈਨੂੰ ਬਹੁਤ ਸਕੂਨ ਮਿਲਿਆ, ਕਿਉਂਕਿ ਇਸ ਇਲਾਕੇ ਦੇ ਵਿੱਚ ਪਹਿਲਾਂ ਡਿਵੈਲਪਮੈਂਟ ਨਾਮ ਦੀ ਸੋਚ ਵੀ ਹੈ ਨਹੀਂ ਸੀ। ਮੈਂ ਦੱਸਣਾ ਚਾਹਾਂਗਾ ਕਿ ਕੁਛ ਐਸੀਆਂ ਜਿਹੜੀਆਂ ਨੈਸੈਸਰੀ ਸੀਗੀਆਂ ਉਹ ਵੀ ਇਸ ਇਲਾਕੇ 'ਚ ਨਹੀਂ ਸੀਗੀਆਂ, ਲਾਈਕ ਰੋਡਸ ਟੂ ਲਿੰਕ ਰੋਡਸ ਜਿਹੜੀਆਂ ਹੈਗੀਆਂ ਨੇ। ਅਸੀਂ ਉਹ 5 ਸਾਲਾਂ 'ਚ ਮੈਂ 170 ਕਿਲੋਮੀਟਰ ਲਿੰਕ ਰੋਡ ਜਿਹੜੀ ਹੈ ਆਪਣੇ ਹਲਕੇ 'ਚ ਬਣਵਾਈ, ਜਿਹੜੀਆਂ ਦੋ ਮੇਰੇ ਜਿਹੜੀਆਂ ਇਰੀਗੇਸ਼ਨ ਕੈਨਾਲਸ ਨੇ, ਚੈਨਲਸ ਨੇ, ਉਹਨਾਂ ਨੂੰ ਅਸੀਂ ਬ੍ਰਿਕ ਲਾਈਨਿੰਗ ਕਰਵਾਈ, ਪੱਕੀ ਕਰਵਾਈ,
ਮੇਨ ਜਿਹੜੀ ਫਾਜ਼ਿਲਕਾ ਫਿਰੋਜ਼ਪੁਰ ਰੋਡ ਜਿਹੜੀ ਹੈ ਇਹ ਬਹੁਤ ਹੀ ਬੁਰੇ ਹਾਲਾਤ 'ਚ ਸੀਗੀ। ਇਹਨੂੰ ਸਾਰੀ ਨੂੰ ਦੁਬਾਰਾ ਰਿਪੇਅਰ ਕਰਵਾ ਕੇ ਇਹਨੂੰ ਬੜੀ ਪੁਖਤਾ ਤੌਰ 'ਤੇ ਇਹ ਜੀ ਟੀ ਰੋਡ ਦਾ ਇਸ ਵੇਲੇ ਬੜੀ ਅੱਛੀ ਸੜਕ ਹੈ, ਲੋਕਾਂ ਦੀ ਆਵਾਜਾਈ ਦੇ ਸਾਧਨ 'ਚ ਬੜਾ ਫਰਕ ਪਿਆ ਹੈਗਾ। ਰਾਣਾ ਜੀ, ਕਾਂਗਰਸ ਦਾ ਤੁਸੀਂ ਨੈਸ਼ਨਲ ਲੈਵਲ 'ਤੇ ਵੀ ਉਹ ਸਮਾਂ ਵੇਖਿਆ ਜਦੋਂ ਸੰਜੇ ਗਾਂਧੀ ਲੀਡ ਕਰ ਰਹੇ ਸੀ, ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਲੀਡ ਕੀਤਾ, ਇੰਦਰਾ ਗਾਂਧੀ ਜੀ ਦਾ ਵੀ ਸਮਾਂ ਤੁਸੀਂ ਵੇਖਿਆ, ਕਿਤੇ ਨਾ ਕਿਤੇ ਇਹ ਲੱਗਦਾ ਕਿ ਕੁਛ ਨਾ ਕੁਛ ਫੈਸਲਾ ਲੈਣ ਦੇ ਜਿਹੜੇ ਤਰੀਕੇ ਸੀਗੇ, ਤੌਰ ਤਰੀਕੇ, ਕਦੇ ਨਾ ਕਦੇ ਸੰਜੇ ਗਾਂਧੀ ਦੇ ਡਿਸੀਜ਼ਨ ਜਿਹੜੇ ਸੀਗੇ ਉਹ ਵੀ ਵਿਵਾਦਾਂ ਵਿੱਚ ਰਹੇ, ਜਾਂ ਇੰਦਰਾ ਗਾਂਧੀ ਦੇ ਡਿਸੀਜ਼ਨ ਕਦੇ ਨਾ ਕਦੇ ਉਹਨਾਂ 'ਤੇ ਵੀ ਉਂਗਲਾਂ ਚੁੱਕੀਆਂ ਗਈਆਂ, ਕੁਸ਼ਚਨ ਮਾਰਕ ਲੱਗਿਆ ਕਿਤੇ ਨਾ ਕਿਤੇ, ਕਿੱਦਾਂ ਦਾ ਮਤਲਬ ਐਨਾਲਾਈਜ਼ ਕਿਸ ਤਰੀਕੇ ਨਾਲ ਕਰਦੇ ਹੋ ਮੌਜੂਦਾ ਸਮੇਂ ਦੀ ਕਾਂਗਰਸ ਦੀ ਵਰਕਿੰਗ ਨੂੰ ਅਤੇ ਉਸ ਵੇਲੇ? ਦੇਖੋ, ਵਕਤ ਵਕਤ ਦੀ ਗੱਲ ਹੁੰਦੀ ਹੈ। ਜੋ ਸੰਜੇ ਗਾਂਧੀ ਜੀ ਦਾ ਟਾਈਮ ਸੀਗਾ ਉਦੋਂ ਉਹਨਾਂ ਨੇ ਜਿਹੜੇ ਵੀ ਪੁਆਇੰਟਸ ਜਾਂ ਜੋ ਵੀ ਪ੍ਰੋਗਰਾਮ ਲੋਕਾਂ 'ਚ ਦਿੱਤੇ, ਦੇਖੋ ਬੜੀ ਅੱਛੀ ਸੋਚ ਸੀ ਉਹਨਾਂ ਦੀ। ਅੱਜ ਹਿੰਦੁਸਤਾਨ ਓਵਰ ਪਾਪੂਲੇਟਡ ਹੈ, ਸੰਜੇ ਜੀ ਦੀ ਇਹ ਸੋਚ ਸੀਗੀ ਵੀ ਅਸੀਂ ਪਾਪੂਲੇਸ਼ਨ ਨੂੰ ਕੰਟਰੋਲ ਕਰੀਏ, ਇਨਵਾਇਰਮੈਂਟ 'ਤੇ ਉਹਨਾਂ ਨੇ ਪਲਾਂਟੇਸ਼ਨ ਦੀ ਗੱਲ ਕੀਤੀ ਸੀਗੀ, ਦੂਸਰੇ ਪਾਸੇ ਉਹਨਾਂ ਨੇ ਇਨਫਰਾਸਟ੍ਰਕਚਰ ਜਿਹੜੀ ਹੈਗੀ ਉਹਦੇ ਬਾਰੇ ਗੱਲ ਕੀਤੀ ਸੀਗੀ। ਸੋ ਉਹ ਜਿਹੜੀਆਂ ਉਹਨਾਂ ਦੀ ਸੋਚ ਸੀਗੀ ਉਹ ਬੜੀਆਂ ਅੱਛੀਆਂ ਸੋਚ ਸੀਗੀਆਂ, ਪਰ ਕਿਸੇ ਟਾਈਮ 'ਤੇ ਇੱਕ ਹੋ ਸਕਦਾ ਕਿ ਤੁਹਾਡੀ ਸੋਚ ਬੜੀ ਅੱਛੀ ਹੋਵੇ ਲੇਕਿਨ ਜਿਹੜਾ ਇੰਪਲੀਮੈਂਟਿੰਗ ਅਥਾਰਟੀ ਹੈ ਉਹਦੇ 'ਚ ਕੁਤਾਹੀਆਂ ਹੋ ਜਾਂਦੀਆਂ ਨੇ। ਸੋ ਡਿਊਰਿੰਗ ਐਮਰਜੈਂਸੀ ਇਹ ਜਿਹੜੇ ਪ੍ਰੋਗਰਾਮ ਸੀਗੇ ਇਹਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹਦੇ 'ਚ ਕਈ ਦਫ਼ਾ ਫਰਕ ਪਿਆ ਹੈਗਾ, ਔਰ ਉਹਦੀ ਵਜ੍ਹਾ ਕਰਕੇ ਇਹ ਸਕੀਮ ਜਿਹੜੀਆਂ ਨੇ ਇਹ ਲੋਕਾਂ ਤੱਕ ਨਹੀਂ ਪਹੁੰਚ ਸਕੀਆਂ, ਜਾਂ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਪਾਰਟੀ ਜਿਹੜੀ ਹੈ ਕਾਂਗਰਸ ਪਾਰਟੀ ਉਹਨਾਂ ਨੂੰ ਅੰਡਰਸਟੈਂਡ ਨਹੀਂ ਕਰਵਾ ਸਕੇਗੀ। ਸੋ ਇਸ ਕਰਕੇ ਇਹ ਜਿਹੜੀਆਂ ਸਕੀਮਸ ਨੇ ਉਦੋਂ ਇਹਨਾਂ ਨੂੰ ਹਾਈਲਾਈਟ ਨਹੀਂ ਪ੍ਰੋਪਰਲੀ, ਉਹਦਾ ਲੋਕ ਉਹਦਾ ਫਾਇਦਾ ਨਹੀਂ ਉਠਾ ਸਕੇਗੇ। ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ ਪਾਪੂਲੇਸ਼ਨ ਨੂੰ ਕੰਟਰੋਲ ਕਰੀਏ, ਲੇਕਿਨ ਉਦੋਂ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਇੱਕ ਬੜੀ ਵੱਡੀ ਜਿਹੜੀ ਹੈ ਓਪੋਜੀਸ਼ਨ ਨੇ ਇੱਕ ਮੁੱਦਾ ਬਣਾ ਲਿਆ ਕਿ ਜੀ ਇਹ ਤਾਂ ਨੈਚੁਰਲ ਗੱਲ ਹੈਗੀ ਹੈ, ਤੁਸੀਂ ਬੱਚੇ ਜਿੰਨੇ ਮਰਜ਼ੀ ਪੈਦਾ ਕਰ ਲਓ, ਲੇਕਿਨ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਪਾਪੂਲੇਸ਼ਨ ਨੂੰ ਕੰਟਰੋਲ ਕਰਨਾ ਚਾਹੀਦਾ। ਐਜੂਕੇਸ਼ਨ ਵੱਧ ਗਈ ਹੈ, ਉਹ 30 ਸਾਲ ਪੁਰਾਣੀ ਗੱਲ ਹੈਗੀ ਹੈ, ਉਦੋਂ ਲੋਕਾਂ 'ਚ ਇਲਿਟਰੇਸੀ ਜ਼ਿਆਦਾ ਸੀ, ਅੱਜ ਕੱਲ੍ਹ ਲਿਟਰੇਟ ਹੋ ਗਏ ਨੇ ਲੋਕ ਪੜ੍ਹਾਈ ਲਿਖਾਈ 'ਚ। ਹੁਣ ਹਰ ਈਵਨ ਗਰੀਬ ਆਦਮੀ ਵੀ ਸੋਚਦਾ ਕਿ ਮੈਂ ਉਹਨੇ ਬੱਚੇ ਪੈਦਾ ਕਰਾਂ ਜਿੰਨਿਆਂ ਨੂੰ ਮੈਂ ਲੁੱਕ ਆਫਟਰ ਕਰ ਸਕਦਾ। ਕਾਂਗਰਸ ਨੂੰ ਇਹ ਗਲਤ ਫੈਸਲੇ ਲੈਣ 'ਤੇ ਸੈਟਬੈਕ ਵੀ ਕਿਤੇ ਨਾ ਕਿਤੇ ਲੱਗਦਾ ਰਿਹਾ? ਬਿਲਕੁਲ ਸੈਟਬੈਕ ਲੱਗਿਆ, ਉਦੋਂ ਇਹਦੀ ਇੰਪਲੀਮੈਂਟੇਸ਼ਨ ਪ੍ਰੋਪਰ ਨਹੀਂ ਹੋਈ, ਐਮਰਜੈਂਸੀ ਲੱਗ ਗਈ, ਔਰ 77 'ਚ ਜਿਹੜਾ ਹੈਗਾ ਡਿਬੈਕਲ ਹੋਇਆ ਔਰ ਕਾਂਗਰਸ ਪਾਰਟੀ ਹਾਰ ਗਈ ਔਰ ਜਨਤਾ ਪਾਰਟੀ ਦੀ ਗਵਰਨਮੈਂਟ ਬਣੀ। ਲੇਕਿਨ ਲੋਕਾਂ ਨੇ ਮਹਿਸੂਸ ਕਰ ਲਿਆ ਸੀਗਾ ਕਿ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਜ਼ਿਆਦਾ ਦੇਰ ਲੋਕਾਂ ਨੂੰ ਜਿਹੜੀ ਉਮੀਦਾਂ ਉਹਨਾਂ ਨੇ ਜੋ ਉਹਨਾਂ ਨੇ ਤਾਰੇ ਦਿਖਾਏ ਸੀ ਉਹ ਪੂਰੇ ਨਹੀਂ ਸੀ ਕਰ ਸਕੇ। ਸੋ 3 ਸਾਲ ਬਾਅਦ ਹੀ ਉਹ ਖੇਰੂ ਬੇਰੂ ਹੋ ਗਈ ਸੀ ਮਿਸਿਸ ਗਾਂਧੀ, ਇੰਦਰਾ ਜੀ ਫਿਰ ਵਾਪਸ ਪਾਵਰ 'ਚ ਆਏ ਔਰ ਬੜੀ ਅੱਛੇ ਮੈਜੋਰਿਟੀ ਨਾਲ ਆਏ। ਉਸ ਤੋਂ ਬਾਅਦ ਉਹਨਾਂ ਦੀ ਅਸੈਸੀਨੇਸ਼ਨ ਤੋਂ ਬਾਅਦ ਰਾਜੀਵ ਗਾਂਧੀ ਜੀ ਆਏ ਔਰ ਉਹਨਾਂ ਨੂੰ ਵੀ ਬੜੀ ਵੱਡੀ ਮੈਜੋਰਿਟੀ ਦੇ ਨਾਲ ਲੋਕਾਂ ਨੇ ਐਕਸੈਪਟ ਕੀਤਾ। ਪਰ ਕਹਿੰਦੇ ਕਿ ਗਲਤੀਆਂ ਤੋਂ ਸੀਖ ਲੈਣੀ ਚਾਹੀਦੀ, ਕੁਛ ਨਾ ਕੁਛ ਸਿੱਖਣਾ ਚਾਹੀਦਾ। ਕਾਂਗਰਸ ਨਾਲ ਕਿਤੇ ਨਾ ਕਿਤੇ ਇਹ ਲੱਗਦਾ ਕਿ ਮੌਜੂਦਾ ਹਾਲਾਤ ਜਿਸ ਤਰੀਕੇ ਨਾਲ ਮਤਲਬ ਰੀਸੈਂਟ ਜਿਹੜਾ ਮੁੱਦਾ ਚੁੱਕਿਆ ਗਿਆ ਕਰਪਸ਼ਨ ਦਾ, ਉਸ ਦੇ ਬਾਰੇ ਜਿਸ ਤਰੀਕੇ ਨਾਲ ਬਿਆਨਬਾਜ਼ੀਆਂ ਹੋਈਆਂ, ਗਲਤੀਆਂ ਤੋਂ ਸਿੱਖ ਲੈਣ ਦੀ ਹਜੇ ਵੀ ਕਮੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ? ਬਿਆਨ ਲਗਾਤਾਰ, ਇੱਕ ਦਿਨ ਇੱਕ ਬਿਆਨ ਆਉਂਦਾ, ਦੂਜੇ ਦਿਨ ਦੂਜਾ ਬਿਆਨ ਆਉਂਦਾ, ਤੀਜੇ ਦਿਨ। ਦੇਖੋ, ਇਹਦੇ 'ਚ ਕਈ ਪਹਿਲੂ ਨੇ। ਜੋ ਮੌਜੂਦਾ ਹਾਲਾਤ ਨੇ, ਅੰਨਾ ਹਜ਼ਾਰੇ ਨੇ ਕਰਪਸ਼ਨ ਦਾ ਇੱਕ ਮੁੱਦਾ ਉਠਾਇਆ। ਮੈਂ ਮੰਨਦਾ, ਕਾਂਗਰਸ ਪਾਰਟੀ ਵੀ ਮੰਨਦੀ ਹੈ, ਆਮ ਲੋਕ ਵੀ ਮੰਨਦੇ ਨੇ ਕਿ ਹਿੰਦੁਸਤਾਨ ਜਾਂ ਅਸੀਂ ਕਰਪਸ਼ਨ ਫਰੀ ਗਵਰਨਮੈਂਟ, ਕਰਪਸ਼ਨ ਫਰੀ ਸੁਸਾਇਟੀ ਕਰੀਏ, ਲੇਕਿਨ ਇਹ ਓਵਰਨਾਈਟ ਨਹੀਂ ਹੁੰਦਾ ਗਾ। ਕਰਪਸ਼ਨ ਨੂੰ ਜਿਹੜੇ ਇੱਕ ਬੜੇ ਐਲੈਬੋਰੇਟ ਢੰਗ ਦੇ ਨਾਲ ਜੇ ਤੁਸੀਂ ਉਹਦੀ ਵਿਆਖਿਆ ਕਰੋ ਤਾਂ ਕਰਪਸ਼ਨ ਤਾਂ ਹੁੰਦੀ ਹੈ ਕਿ ਤੁਸੀਂ ਜੇ ਕਿਸੇ ਨੂੰ ਪਹਿਲਾਂ ਤਾਂ ਪੈਸਾ ਦੇਣ ਵਾਲਾ ਵੀ ਕਰਪਟ ਹੈ ਕਿ ਪੈਸਾ ਕਿਉਂ ਦਿੰਦਾ ਉਹ, ਫਿਰ ਪੈਸਾ ਲੈਣ ਵਾਲਾ ਵੀ ਕਰਪਟ ਹੈ। ਲੇਕਿਨ ਇਹਨਾਂ ਚੀਜ਼ਾਂ ਨੂੰ ਇੱਕ ਸੰਵਿਧਾਨਿਕ ਤੌਰ 'ਤੇ, ਇੱਕ ਜਿਹੜਾ ਸਾਡਾ ਕੌਨਸਟੀਟਿਊਸ਼ਨਲ ਸਿਸਟਮ ਹੈ, ਅਸੀਂ ਉਹਨਾਂ ਤੋਂ ਬਾਹਰ ਹੋ ਕੇ ਇੱਕ ਐਕਸਟਰਾ ਕੌਨਸਟੀਟਿਊਸ਼ਨਲ ਪਾਵਰ ਨਹੀਂ ਕ੍ਰੀਏਟ ਕਰ ਸਕਦੇ, ਕਿਉਂਕਿ ਹਿੰਦੁਸਤਾਨ ਜਿਹੜਾ ਹੈ ਸਾਰੀ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਆਜ਼ਾਦੀ ਹੈ, ਇੱਕ ਸਾਡੀ ਜਮਹੂਰੀਅਤ ਹੈ। ਇਹ ਤਾਂ ਅੰਨਾ ਹਜ਼ਾਰੇ ਦੀ ਗੱਲ ਹੋਈ, ਸੈਂਟਰ ਦੀ ਗੱਲ ਹੋਈ, ਸਟੇਟ ਦੀ ਜੇਕਰ ਗੱਲ ਕੀਤੀ ਜਾਵੇ, ਚੋਣ ਵਾਰਾ ਸ਼ੁਰੂ ਹੋ ਚੁੱਕਾ, ਕੀ ਮੁੱਦੇ ਲੈ ਕੇ ਲੋਕਾਂ ਦੇ ਸਾਹਮਣੇ ਜਾ ਰਹੇ ਸਰ? ਪੰਜਾਬ 'ਚ ਤਾਂ ਜੀ ਇਸ ਵੇਲੇ ਮੈਂ ਸੋਚਦਾ ਗਵਰਨਮੈਂਟ ਨਾਮ ਦੀ ਐਗਜ਼ਿਸਟ ਕਰ ਰਹੀ ਹੈ। ਜੋ ਵਾਅਦੇ ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਕੀਤੇ ਸੀਗੇ, ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ, ਖਾਸ ਤੌਰ 'ਤੇ ਗਰੀਬਾਂ ਵਾਸਤੇ। ਜੇ ਅਸੀਂ ਗੱਲ ਕਰ ਲਈਏ ਆਟਾ ਦਾਲ ਦੀ, ਉਹ ਸਕੀਮ ਜਿਹੜੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਸੀਗੀ ਉਹਨਾਂ ਨੂੰ ਨਹੀਂ ਪਹੁੰਚੀ।
ਜੇ ਪੈਨਸ਼ਨਸ ਇਹਨਾਂ ਨੇ ਕਿਹਾ ਸੀ ਅਸੀਂ ਇਨਕਰੀਜ਼ ਕਰਾਂਗੇ, ਪੈਨਸ਼ਨਸ ਇਨਕਰੀਜ਼ ਕਰਨਾ ਇੱਕ ਪਾਸੇ ਰਿਹਾ, ਜਿਹੜੀਆਂ ਐਗਜ਼ਿਸਟਿੰਗ ਪੈਨਸ਼ਨ ਸੀ ਉਹ ਕਈ ਕਈ ਮਹੀਨਿਆਂ ਦੀਆਂ ਲੋਕਾਂ ਨੂੰ ਮਿਲੀਆਂ ਗਈਆਂ, ਸ਼ਗਨ ਸਕੀਮਾਂ ਜਿਹੜੀਆਂ ਨੇ ਉਹ ਬੱਚੀਆਂ ਨੂੰ ਨਹੀਂ ਮਿਲੀਆਂ ਗਈਆਂ। ਇਨਫਰਾਸਟ੍ਰਕਚਰ ਦੀ ਇਹਨਾਂ ਨੇ ਗੱਲ ਕੀਤੀ ਸੀਗੀ, ਉਹ ਇਨਕੰਪਲੀਟ ਹੈਗਾ, ਕਿਤੇ ਤਾਂ ਹੋਇਆ ਹੀ ਨਹੀਂਗਾ। ਅੱਜ ਇਹਨਾਂ ਨੇ ਦੋ ਜ਼ਿਲ੍ਹੇ ਬਣਾ ਦਿੱਤੇ, ਇੱਕ ਫਾਜ਼ਿਲਕਾ ਬਣਾ ਤਾ, ਇੱਕ ਪਠਾਨਕੋਟ ਬਣਾ ਤਾ। ਅੱਜ ਵੈਲਕਮ ਕਿ ਲੋਕਾਂ ਨੂੰ ਬੜੀ ਖੁਸ਼ੀ ਹੈ ਕਿ ਮੇਰੀ ਵੀ ਗੁਰੂ ਗ੍ਰੰਥ ਸਾਹਿਬ ਸਬ ਡਿਵੀਜ਼ਨ ਬਣ ਗਈ ਹੈ, ਮੈਨੂੰ ਵੀ ਖੁਸ਼ੀ ਹੈ। ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਇਹ ਜਿਹੜੇ ਇਹਨਾਂ ਨੇ ਕੰਮ ਕੀਤੇ, ਡਿਸੀਜਨ ਲਏ ਨੇ, ਇਹ ਸਿਆਸੀ ਤੌਰ 'ਤੇ ਲਏ ਨੇ। ਸਿਆਸੀ ਤੌਰ 'ਤੇ ਕਹਿਣ ਦਾ ਕੀ ਮਤਲਬ ਕਿ ਇਹਨਾਂ ਨੇ ਬੀਜੇਪੀ ਨੂੰ ਖੁਸ਼ ਕਰਨਾ। ਬੀਜੇਪੀ ਇਸ ਵੇਲੇ ਲੋਅ ਸਟੈਪ 'ਤੇ ਹੈ, ਬੀਜੇਪੀ ਕਰਪਸ਼ਨ ਚਾਰਜਿਸ 'ਚ ਫਸੀ ਹੋਈ ਹੈ, ਇਹਨਾਂ ਦੇ ਮਿਨਿਸਟਰਾਂ ਨੂੰ ਰਿਜ਼ਾਈਨ ਕਰਨਾ ਪਿਆ। ਇਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਇਲੈਕਸ਼ਨ 'ਚ ਬੀਜੇਪੀ ਦੇ ਜਿਹੜੇ ਵਿਨਰਸ ਨੇ ਉਹ ਜਾਂ ਇੱਕ ਜਾਂ ਦੋ, ਜਿੰਨੀਆਂ ਮਰਜ਼ੀ ਸੀਟਾਂ ਲੜ ਲੈਣ, ਉਹਨਾਂ ਨੂੰ ਰਾਜ਼ੀ ਕਰਨ ਵਾਸਤੇ ਜਾਂ ਉਹਨਾਂ ਨੂੰ ਇੱਕ ਬੂਸਟਰ ਦੇਣ ਵਾਸਤੇ ਇਹਨਾਂ ਨੇ ਦੋ ਜ਼ਿਲ੍ਹੇ, ਇੱਕ ਪਠਾਨਕੋਟ, ਇੱਕ ਫਾਜ਼ਿਲਕਾ, ਜਿੱਥੋਂ ਦੇ ਬੀਜੇਪੀ MLA ਸੀਗੇ ਉਹਨਾਂ ਨੂੰ ਜ਼ਿਲ੍ਹੇ ਬਣਾ ਦਿੱਤਾ। ਲੇਕਿਨ ਲੋਕਾਂ ਦੇ ਹਿੱਤ 'ਚ ਇਸ ਕਰਕੇ ਨਹੀਂ ਕਿ ਉੱਥੇ ਇਨਫਰਾਸਟ੍ਰਕਚਰ ਹੈ ਨਹੀਂ। ਅੱਜ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ, ਸਪੋਜ਼ ਉਹਨੂੰ ਸਬ ਡਿਵੀਜ਼ਨ ਬਣਾਇਆ, ਮੈਂ ਤਾਂ ਮੌਜੂਦਾ ਸਰਕਾਰ ਨੂੰ ਸੀਰੀਅਸ ਸਮਝਦਾ ਵੀ ਇਹ ਲੋਕਾਂ ਵਾਸਤੇ ਕਰ ਰਹੇ ਨੇ, ਉੱਥੇ ਪਹਿਲਾਂ ਇਨਫਰਾਸਟ੍ਰਕਚਰ ਕ੍ਰੀਏਟ ਕਰ ਦੇ, ਜਾਂ ਸਾਨੂੰ 300 ਕਰੋੜ ਰੁਪਇਆ ਅੱਜ ਸੈਂਕਸ਼ਨ ਕਰਨ। ਉੱਥੇ ਸੀਵਰੇਜ ਨਹੀਂ ਹੈ, ਸੜਕਾਂ ਨਹੀਂ ਹੈ, ਬੱਸ ਸਟੈਂਡ ਨਹੀਂ ਹੈ, ਲੋਕਾਂ ਦੇ ਆਉਣ ਜਾਣ ਦੇ ਸਾਧਨ ਜਿਹੜੇ ਨੇ ਉਹ ਪ੍ਰੋਪਰ ਨਹੀਂ ਹੈਗੇ, ਉਹਨਾਂ ਦੇ ਬੈਠਣ ਅਫਸਰਾਂ ਵਾਸਤੇ ਅਕੋਮੋਡੇਸ਼ਨ ਨਹੀਂ ਹੈ, ਦਫ਼ਤਰ ਨਹੀਂ ਹੈ, ਇਹ ਸਾਰਾ ਇਹ ਜਿਹੜਾ ਇਨਫਰਾਸਟ੍ਰਕਚਰ ਇਹ ਪੈਰਾਫਰਨੇਲੀਆ ਕਿੱਥੋਂ ਆਏਗਾ। ਸੋ ਰਾਣਾ ਜੀ, ਤਾਂ ਗੱਲ ਹੋਈ ਸਿਆਸਤ ਦੀ, ਨਿੱਜੀ ਜ਼ਿੰਦਗੀ ਜੇਕਰ ਗੱਲ ਕਰੀਏ, ਸਿਆਸੀ ਆਗੂਆਂ ਨੇ ਨਿੱਜੀ ਜ਼ਿੰਦਗੀ ਜਿਹੜੇ ਆਪਾਂ ਸ਼ੁਰੂਆਤ ਵਿੱਚ ਗੱਲ ਕਰ ਰਹੇ ਸੀ, ਫੌਜ ਵਿੱਚ ਜਾਂਦੇ ਜਾਂਦੇ ਸਿਆਸਤ ਵਿੱਚ ਆਉਣਾ ਹੋਇਆ, ਪਰ ਸ਼ੌਂਕ ਜਿਹੜੇ ਹੁੰਦੇ ਨੇ, ਕੁਝ ਹੋਬੀਜ਼ ਹੁੰਦੀਆਂ ਨੇ, ਜਦੋਂ ਇਹ ਸਿਆਸਤ ਤੋਂ ਸਮਾਂ ਮਿਲਦਾ, ਉਸ ਸਮਾਂ ਵਿੱਚ ਕੀ ਹੁੰਦਾ? ਮੈਨੂੰ ਜੀ ਕੁਛ ਸ਼ੌਂਕ ਹੈ ਨੇ, ਮੈਂ ਇਸ ਤੋਂ ਮੁਨਕਰ ਨਹੀਂ। ਮੈਨੂੰ ਮਿਊਜ਼ਿਕ ਦਾ ਬੜਾ ਸ਼ੌਂਕ ਹੈ, ਆਈ ਲਵ ਕਲਾਸੀਕਲ ਮਿਊਜ਼ਿਕ, ਔਰ ਇਹਦੇ ਨਾਲ ਨਾਲ ਮੈਨੂੰ ਇੱਕ ਸ਼ੌਂਕ ਮੈਂ ਤੁਹਾਨੂੰ ਦੱਸਣ ਲੱਗਾ, ਤੁਸੀਂ ਵੀ ਹੈਰਾਨ ਹੋਏਗਾ, ਔਰ ਮੈਨੂੰ ਤੁਸੀਂ ਕਹੋਗੇ ਵੀ ਮੈਂ ਤੁਹਾਡੇ ਵਾਸਤੇ ਵੀ ਕੁਛ ਕਰਾਂ, ਮੈਨੂੰ ਖਾਣਾ ਬਣਾਉਣ ਦਾ ਬੜਾ ਸ਼ੌਂਕ ਹੈ। ਅੱਛਾ, ਸਿਨੇਮਾ ਦਾ ਕਿੰਨਾ ਕੁ ਸ਼ੌਂਕ ਹੈ? ਵੈਲ, ਸਿਨੇਮਾ ਦੇਖਣ ਦਾ ਮੈਨੂੰ ਸ਼ੌਂਕ ਹੈ, ਔਰ ਮੈਂ ਅੱਛੀ ਮੂਵੀ ਆ ਜਾਏ ਕੋਈ, ਐਂਡ ਆਈ ਲਾਈਕ ਫਿਊ ਆਫ ਮਾਈ ਫੇਵਰੇਟ ਐਕਟਰਸ, ਜਿਹੜੇ ਨਵੀਂ ਜਨਰੇਸ਼ਨ ਹੈ, ਇਹਦੇ 'ਚੋਂ ਸ਼ਾਹਰੁਖ ਖਾਨ ਹੈ, ਆਪਣੇ ਪ੍ਰੀਤੀ ਜਿੰਤਾ ਜੀ ਨੇ, ਜਿਨ੍ਹਾਂ ਨੂੰ ਮੈਂ ਪਰਸਨਲੀ ਵੀ ਜਾਣਦਾ, ਔਰ ਉਹ ਮੇਰੀ ਇੱਕ ਨੀਸ ਸੀ, ਉਹਨਾਂ ਨਾਲ ਪੜ੍ਹਦੇ ਸੀਗੇ, ਔਰ ਜਿਹੜੇ ਯੈਸਟਰ ਯੀਅਰ ਐਕਟਰਸ 'ਚ ਰੇਖਾ ਜੀ ਦਾ ਬੜਾ ਅੱਛਾ, ਉਹਨਾਂ ਨੇ ਕੁਛ ਪਿਕਚਰਾਂ ਬਣਾਈਆਂ, ਜਿਸ ਤਰ੍ਹਾਂ ਉਮਰਾਓ ਜਾਨ ਹੈ, ਜਾਂ ਸਾਡੇ ਪੰਜਾਬ ਦੇ ਧਰਮਿੰਦਰ ਜੀ ਨੇ, ਸੁਨੀਲ ਦੱਤ ਸਾਹਿਬ ਨਾਲ ਮੇਰਾ ਪਰਸਨਲੀ ਬੜਾ ਅੱਛਾ ਦੋਸਤਾਨਾ ਸੀਗਾ, ਔਰ ਉਹ ਅਕਸਰ ਮੈਨੂੰ ਆਪਣੀਆਂ ਪਿਕਚਰਾਂ ਦੇ ਬਾਰੇ ਗੱਲਾਂ ਬਾਤਾਂ, ਔਰ ਅਸੀਂ ਸਿਆਸਤ ਇਕੱਠੀ ਡਿਸਕਸ ਕਰਦੇ ਰਹਿੰਦੇ ਸੀ। ਹਾਲਾਂਕਿ ਮੈਥੋਂ ਉਮਰ 'ਚ ਵੱਡੇ ਸੀ, ਪਰ ਉਹ ਬਹੁਤ ਮੈਨੂੰ ਪਸੰਦ ਕਰਦੇ ਸੀ, ਔਰ ਕਿਤੋਂ ਵੀ ਮੈਨੂੰ ਮੌਕਾ ਮਿਲ ਜਾਂਦਾ ਸੀ ਉਹਨਾਂ ਨਾਲ ਬੈਠਣ ਦਾ। ਮੇਰਾ ਸ਼ੂਟਿੰਗ ਦਾ ਸ਼ੌਂਕ ਹੈ, ਮੈਂ ਨਿਸ਼ਾਨੇਬਾਜ਼ੀ 'ਚ ਹਿੰਦੁਸਤਾਨ ਨੂੰ ਮੈਂ 14 ਸਾਲ ਰਿਪ੍ਰਜੈਂਟ ਕੀਤਾ। ਰਾਣਾ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ, ਸਾਨੂੰ ਆਪਣਾ ਸਮਾਂ ਦਿੱਤਾ, ਜ਼ਿੰਦਗੀ ਦੇ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।